ਅਸਲਾਮੁਅਲੈਕੁਮ ਦੋਸਤੋ, ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਜਵੇਦ ਅਤੇ ਤੁਸੀਂ ਦੇਖਦੇ ਪਏ ਹੋ ਸਾਡਾ ਦੇਸ਼ ਪੰਜਾਬ ਟੀ ਵੀ। ਜਿੱਦਾਂ ਕਿ ਮੈਂ ਰੋਜ਼ ਕੋਸ਼ਿਸ਼ਾਂ ਕਰਨਾ ਚੰਗੇ ਤੋਂ ਚੰਗੀਆਂ ਚੀਜ਼ਾਂ ਅਤੇ ਜਾਨਵਰਾਂ ਦੀ ਵੀਡੀਓ ਲੈ ਕੇ ਹਾਜ਼ਰ ਹੋਵਾਂ। ਜਨਾਬ, ਹੁਣ ਘੋੜਿਆਂ ਦੀ ਮੈਂ ਲੈ ਕੇ ਹਾਜ਼ਰ ਹੋਇਆ ਵੀਡੀਓ। ਮੀਆਂ ਫਰੂਕ ਸਾਹਿਬ ਨੇ ਇਹਨਾਂ ਦੇ ਘੋੜੇ ਨੇ, ਉਹਨਾਂ ਨੇ ਸਾਨੂੰ ਬੁਲਾਇਆ ਅਤੇ ਅਸੀਂ ਵੀਡੀਓ ਪਾ ਰਹੇ ਹਾਂ ਅਤੇ ਤੁਹਾਨੂੰ ਦਿਖਾ ਰਹੇ ਹਾਂ ਕਿ ਜਨਾਬ ਹੈਗਾ ਨਸਲ ਕਿਹੜੀ ਹੈ, ਹਰ ਚੀਜ਼ ਉਹਦਾ ਤੁਹਾਨੂੰ ਪਤਾ ਚੱਲ ਜਾਏਗਾ। ਅਤੇ ਮੇਰੇ ਕੈਮਰਾਮੈਨ ਸਾਹਿਬ ਲਗਾ ਕੇ ਤੁਹਾਨੂੰ ਦਿਖਾਉਣਗੇ ਘੋੜੇ। ਦਿਖਾਓ ਕੈਮਰਾਮੈਨ ਸਾਹਿਬ, ਜਿਹੜੇ ਭਾਈ ਸ਼ੌਕ ਇਹ ਰੱਖਦੇ ਨੇ ਦੇਖਣ ਘੋੜੇ, ਬੜੇ ਨਸਲੀ ਨਿਆਬ ਨੇ ਅਤੇ ਜਨਾਬ ਇਹ ਬੱਚੇ ਖੜ੍ਹੇ ਨੇ ਅਤੇ ਬਹੁਤ ਸੋਹਣੇ ਘੋੜੇ ਨੇ। ਅਤੇ ਜਨਾਬ ਇਹ ਜਿਹੜੀ ਚੀਜ਼ ਵੀਡੀਓ ਤੁਹਾਨੂੰ ਤਾਂ ਦਿਖਾ ਰਹੇ ਹਾਂ, ਜਿਹੜੇ ਲੋਕ ਸਾਡੇ ਦੋਸਤ ਨੇ ਸ਼ੌਕੀਨ ਨੇ ਘੋੜਿਆਂ ਦੇ ਬਾਰੇ, ਉਹ ਵੀ ਦੇਖਣ ਕਿ ਇਹ ਘੋੜਿਆਂ ਦਾ ਫਾਰਮ ਹੈ ਜੀ ਮੀਆਂ ਸਾਹਿਬ ਦਾ, ਅਤੇ ਬੜਾ ਪਿਆਰਾ ਫਾਰਮ ਬਣਾਇਆ। ਮੀਆਂ ਸਾਹਿਬ ਬੜਾ ਸ਼ੌਕ ਕਰਦੇ ਨੇ ਜੀ, ਅਤੇ ਇਹ ਦੇਖੋ ਤੁਸੀਂ ਘੋੜਿਆਂ ਦੀ ਆਪਣਾ ਉਹਨਾਂ ਦਾ ਰੱਖਣ ਸਹਿਣ ਰਹਿਣ, ਘੋੜੇ ਬੜੇ ਖੂਬਸੂਰਤ ਨੇ ਜੀ। ਇਹ ਫਾਰਮ ਵੀ ਉਹਨਾਂ ਨੇ ਘੋੜਿਆਂ ਦਾ ਬਣਾਇਆ ਹੈ ਜੀ। ਇਸ ਘੋੜੇ ਤੋਂ ਲਾਓ ਜੀ, ਦੇਖ ਰਹੇ ਹੋ ਜੀ, ਬੜਾ ਨਿਆਬ ਘੋੜਾ ਅਤੇ ਬੜਾ ਖੂਬਸੂਰਤ ਘੋੜਾ ਹੈ ਜੀ। ਅਤੇ ਇਹ ਜਨਾਬ ਤੁਹਾਨੂੰ ਖਾਣ ਦਾ ਇਹ ਸਾਡਾ ਕਿ ਤੁਸੀਂ ਦੇਖੋ ਚੀਜ਼ਾਂ ਅਸੀਂ ਤੁਹਾਨੂੰ ਸੋਹਣੀਆਂ ਦਿਖਾ ਰਹੇ ਹਾਂ। ਬਸ ਦਿਲ ਕੀਤਾ ਹੈ ਕਿ ਸੱਜਣਾਂ ਲਈ ਵੀਡੀਓ ਅਸੀਂ ਇਹ ਵੀ ਆਪਦੇ ਚੈਨਲ 'ਤੇ ਸੈਂਡ ਕਰੀਏ ਅਤੇ ਸਾਡੇ ਵੀਰ ਦੇਖਣ ਕਿ ਸ਼ੌਕੀਨ ਵਾਲੇ ਕੁਛ ਐਸੇ ਵੀ ਸਾਡੇ ਭੈਣ ਦੋਸਤ ਪੰਜਾਬ ਦੇ ਅੰਦਰ ਕਿ ਜਿਹੜੇ ਘੋੜਿਆਂ ਦਾ ਵੀ ਸ਼ੌਕ ਕਰਦੇ ਨੇ। ਅਤੇ ਜਨਾਬ ਫਾਰਮ ਬਣਾਇਆ ਬੜਾ ਖੂਬਸੂਰਤ ਉਹਨਾਂ ਨੇ, ਅਤੇ ਨਵਾਬਾਨਾ ਸ਼ੌਕ ਨੇ ਜੀ, ਅਤੇ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ। ਅਤੇ ਇਨਸ਼ਾਅੱਲਾ ਤਾਲਾ ਇੱਦਾਂ ਦੀਆਂ ਵੀਡੀਓ ਤੁਹਾਡੇ ਲਈ ਰੋਜ਼ ਲੈ ਕੇ ਅਸੀਂ ਹਾਜ਼ਰ ਹੁੰਦੇ ਰਹਾਂਗੇ, ਚੰਗੀਆਂ ਤੋਂ ਚੰਗੀਆਂ ਅਤੇ ਸੋਹਣੇ ਸੋਹਣੇ ਜਾਨਵਰ ਦੀਆਂ। ਅਤੇ ਅੱਲਾ ਨਿਗਹਿਬਾਨ, ਆਪਦੇ ਭਾਈ ਜੀ ਨੂੰ ਇਜਾਜ਼ਤ ਅਤੇ ਜਨਾਬ ਅੱਲਾ ਦੇ ਸਪੁਰਦ ਅਗਲੀ ਵੀਡੀਓ 'ਚ ਜ਼ਰੂਰ ਹੋਵਾਂਗੇ ਹਾਜ਼ਰ। ਪਾਕਿਸਤਾਨ ਜ਼ਿੰਦਾਬਾਦ।